बिस्मिल्लाहिर्रहमानिर्रहीम। अस्सलाम वालेकुम प्यारे दोस्तों, अज असीं तुहानूं एक नवे फार्मूले दे बारे च दसने आ। देसी जिहा जुगाड़ ते बहुत ही मज़ेदार, दो साल असीं इस चीज़ नूं इस्तेमाल कीता है और इन्ना क मज़ा आया कि प्योर एसी वाला मज़ा आया। और प्यारे दोस्तों, मैं तुहानूं बना के दसना कि घर दे विच तुसीं कोई दुकान है, छोटी कमरा है, ते उहदे विच तुसीं रख के ते पूरे कमरे नूं ठंडिया करेगा ये। और अगर कोई चार जी उत्थे आराम कर रहे ने, उह सुकून च होणगे, आराम करनगे। और बेहतरीन ये नुस्खा जी, मैं अरशद वफाई तुहाडी खिदमत च हाज़र दसणा भुल गया हाँ। मेरे नाल आमना अरशद पक्खी झोलणगे मैनूं, ते मैं जिहड़ा ना ये तुहानूं बना के दसणा। नाल नाल ही तुहानूं दसी जाणा कि इहदे की फायदे ने, की हिसाब किताब है, किवें बणना है। ते प्यारे दोस्तों, पूरी वीडियो वेखीए ते तां समझ आउंदी है, जे राज छड छड़िए ते कोई फायदा नहीं होंदा। और तुहानूं असीं दसदे आ कि इह किड्डी चंगी चीज़ है और बहुत कम दी चीज़ है, ते बहुत सस्ता बन जांदा है। इह मुफ्त दा एसी है, समझो, मुफ्त दा एसी, सस्ता, फ्री एसी। क्यों जी, दो साल चलाया ना कि मजा आया कि नहीं? इमानदारी नाल दसणा, बेहतरीन नहीं? बहुत ही मजा आया, हां जी, बहुत मजा। और फिर एक और मजे दी गल है, चलेगा बगैर बिजली टुर भी जाए ना, फिर भी तुसीं इहनूं चलाउणा है, ठीक है? ते मेरे प्यारे दोस्तों, बहुत मजा आएगा, सुकून होएगा। छोटे छोटे बच्चे ने घर दे विच, उना वास्ते सारा कुछ करीदा, बच्चियां वास्ते। ते जे बच्चे सुकून च होण ते फिर बंदा आप भी सुकून च होंदा। अगर बुढ़ा मां बाप है, उन्हां नूं भी ला के दिओ, दुआवां लवो, ठीक है? यह बेहतरीन चीज है। गर्मी अगों दिनों दिन वधदी जा रही है। ते प्यारे दोस्तों, हुण ही यह पूरी वीडियो वेख के हुण ही बनाना शुरू कर दिओ, ते अज तुहानूं दसण लगे कि किवें बनाना। और जे कोई तुहानूं समझ ना आए किसे गल दी, ते ओह कमेंट दे विच सानूं पुछ सकदे हो तुसीं। ਅਸੀਂ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਆਪਣੇ ਵੀਰਾਂ ਨੂੰ, ਆਪਣੇ ਭਰਾਵਾਂ ਨੂੰ ਜ਼ਰੂਰ ਦੱਸਾਂਗੇ। ਇਨਸ਼ਾਅੱਲਾ ਬਹੁਤ ਕਾਮਯਾਬ ਤਰੀਨ ਚੀਜ਼ ਹੈ। ਹੁਣ ਅਸੀਂ ਇਹ ਢੱਕਣ ਹੈ, ਢੱਕਣ ਦੇ ਵਿੱਚ ਕਰਾਂਗੇ ਪਹਿਲੇ ਸੁਰਾਖ, ਠੀਕ ਹੈ? ਔਰ ਸੁਰਾਖ ਹੀ ਕਰਾਂਗੇ, ਤੁਹਾਡੇ ਕੋਲ ਜਿਹੜੀ ਚੀਜ਼ ਮੌਜੂਦ ਹੋਏ ਤੁਸੀਂ ਉਹਦੇ ਨਾਲ ਕਰ ਸਕਦੇ ਹੋ। ਪੇਚਕਸ ਗਰਮ ਕਰਕੇ ਉਹਦੇ ਨਾਲ ਵੀ ਕਰ ਸਕਦੇ ਹੋ, ਸੂਗਾ ਗਰਮ ਕਰਕੇ, ਔਰ ਡੰਗਰਾਂ ਨੂੰ ਹੱਥ ਪਾਉਣ ਵਾਲੇ ਸੂਗੇ ਹੁੰਦੇ ਨੇ, ਉਹ ਵੀ ਗਰਮ ਕਰਕੇ ਹੋ ਜਾਂਦਾ। ਕੋਈ ਵੀ ਚੀਜ਼ ਤੁਸੀਂ ਗਰਮ ਕਰਕੇ ਤੁਸੀਂ ਉਹਦੇ ਨਾਲ ਕਰ ਸਕਦੇ ਹੋ। ਕੁਝ ਦੋਸਤ ਆਖਦੇ ਨੇ ਵੀਡੀਓ ਛੋਟੀ ਹੋਣੀ ਚਾਹੀਦੀ ਹੈ, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੀਡੀਓ ਛੋਟੀ ਹੋਏ, ਛੇਤੀ ਬਣ ਜਾਏ। ਲੇਕਿਨ ਗੱਲ ਇਹ ਆ ਕਿ ਜੇ ਤੇ ਫਿਰ ਪੂਰੀ ਗੱਲ ਸਮਝਾਉਣੀ ਹੋਏ ਤਾਂ ਫਿਰ ਟਾਈਮ ਤਾਂ ਲੱਗਦਾ ਹੈ। ਜੇ ਅੱਧੀ ਦੱਸ ਛੱਡੀ ਤੁਸੀਂ ਸਮਝ ਨਹੀਂ ਆਉਣੀ, ਤੇ ਜਿਸ ਗੱਲ ਦੀ ਸਮਝ ਨਹੀਂ ਹੋ ਵੀਡੀਓ ਦੀ, ਹਾਂ ਉਹਦਾ ਫਾਇਦਾ ਕੀ? ਇਹੋ ਜਿਹੇ ਕੰਮ ਦੀ ਵੀਡੀਓ ਤੇ ਕਿਸੇ ਨੇ ਸਮਝ ਵਾਸਤੇ ਵੇਖਣੀ ਹੈ, ਤੇ ਸਮਝ ਆ ਤੇ ਹੀ ਬਣਾ ਲਈਏ। ਜਦੋਂ ਸਮਝ ਨਹੀਂ ਆਉਣੀ ਤਾਂ ਉਹਦਾ ਵੇਖਣ ਦਾ ਕੀ ਮਕਸਦ? ਹਾਂ ਬਿਲਕੁਲ। ਹਾਂਜੀ, ਸਾਡੇ ਕੋਲ ਸਿਲੀਕੋਨ ਵਾਲੀ ਗੰਨ ਹੈ, ਇਹਦੇ ਨਾਲ ਸੁਰਾਖ ਜਿੰਨੀ ਸਾਨੂੰ ਜ਼ਰੂਰਤ ਹੈ ਇਹ ਕਰ ਲੈਂਦੇ ਹਾਂ। ਇਹ ਜੀ ਸੁਰਾਖ ਹੋ ਗਿਆ। ਇਹ ਜੀ ਪੱਖੇ ਦਾ ਪਰ ਰੱਖ ਕੇ ਨਾ ਇਹ ਇਸ ਤਰ੍ਹਾਂ, ਅਤੇ ਇਹ ਤੁਸੀਂ ਵੇਖ ਲੈਣਾ ਕਿ ਇਹਦੇ ਹਿਸਾਬ ਨਾਲ ਨਿਸ਼ਾਨ ਲਾ ਲੈਣੇ। ਅਸੀਂ ਇਹ ਜਮੈਟਰੀ ਰੱਖ ਕੇ ਨਾ, ਅਤੇ ਇਹਦੇ ਹਿਸਾਬ 'ਤੇ ਅਸੀਂ ਨਿਸ਼ਾਨ ਲਾ ਲੈਣੇ, ਠੀਕ ਹੈ? ਅਤੇ ਇੰਝ, ਯਾਨੀ ਕਿ ਪਰ ਤੋਂ ਘੱਟ ਹੀ ਨਿਸ਼ਾਨ ਲਾਉਣਾ, ਵੱਡਾ ਨਹੀਂ ਲਾਉਣਾ। ਐ ਵੇਖ ਲਓ, ਹੁਣ ਪੂਰੀ ਵੀਡੀਓ ਵੇਖੋਗੇ ਤੁਹਾਨੂੰ ਸਮਝ ਆਉਣੀ ਹੈ। ਅੱਲਾ ਖੈਰ ਕਰੇ, ਇਸ ਤਰ੍ਹਾਂ ਕਰਕੇ ਨਿਸ਼ਾਨ ਲਾ ਲੈਣੇ। ਇਹ ਜੀ ਪ੍ਰਕਾਰ ਦੇ ਨਾਲ ਅਸੀਂ ਨਿਸ਼ਾਨੀ ਲਾ ਲਈ ਹੈ ਤੁਹਾਡੇ ਸਾਹਮਣੇ। ਇਹ ਹੁਣ ਇਸ ਤਰ੍ਹਾਂ ਕੀਰਾਂ ਲਾ ਲੈਣੀ ਹੈ। ਅਗਰ ਵੀਡੀਓ ਪਸੰਦ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲ ਜਿਹੜਾ ਬੈੱਲ ਆਈਕਨ ਦਾ ਬਟਨ ਹੈ ਉਹਨੂੰ ਕਲਿੱਕ ਕਰ ਲਿਓ, ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਦਾ ਰਹੇ। ਔਰ ਕੰਮ ਦੀਆਂ ਵੀਡੀਓ ਵੇਖਿਆ ਕਰੋ, ਅੱਲਾ ਤੁਹਾਡਾ ਭਲਾ ਕਰੇ, ਅਤੇ ਉਹਦੇ 'ਚ ਕੋਈ ਫਾਇਦਾ ਹੁੰਦਾ। ਅਤੇ ਅਸੀਂ ਦੋਸਤੋ ਸਾਰੀਆਂ ਚੀਜ਼ਾਂ ਉਹ ਤੁਹਾਨੂੰ ਵਾਹੁੰਦੇ ਹਾਂ ਜਿਹੜਾ ਕਿ ਅਸੀਂ ਖੁਦ ਤਜਰਬਾ ਕੀਤਾ ਹੁੰਦਾ। ਇਹ ਜੀ ਹੁਣ ਇੱਥੇ ਇੱਕ ਛੋਟਾ ਜਿਹਾ ਹਾਸ਼ੀਆ ਲਾ ਲੈਣਾ ਇਹਨੂੰ ਜੀ। ਅਸੀਂ ਹੁਣ ਕੱਟਣਾ ਜਿਹੜੇ ਹਿਸਾਬ 'ਚ ਹੈ, ਇਹ ਜ਼ਰਾ ਦੇਖਣ ਵਾਲੀ ਗੱਲ ਜੀ, ਇਹ ਇਸ ਤਰ੍ਹਾਂ ਕਰਕੇ ਨਾ, ਅਤੇ ਇਹਦੇ ਨਾਲ ਅਸੀਂ ਇਹਨੂੰ ਕੱਟ ਲੈਣਾ ਇੱਥੋਂ। ਅਤੇ ਕੱਟਣਾ ਕਿਵੇਂ ਹੈ, ਇਹ ਛੁਰੀ ਨੂੰ ਗਰਮ ਕਰਨਾ ਅਤੇ ਇਹਦੇ ਨਾਲ ਕੱਟਣਾ। ਇਹ ਜੀ ਹੁਣ ਗਰਮ ਹੋ ਗਈ ਛੁਰੀ, ਇਹਦੇ ਨਾਲ ਇਸ ਤਰ੍ਹਾਂ ਕਰਕੇ ਨਾ ਇਹਨੂੰ ਕੱਟ ਲੈਣਾ। ਇਸੇ ਤਰ੍ਹਾਂ ਹੀ ਸਾਰੇ ਕੱਟ ਲਾ ਦੇਣੇ, ਇਸੇ ਤਰ੍ਹਾਂ ਹੀ ਇਹਨੂੰ ਇੱਕ ਇੱਕ ਛੱਡ ਦੇਣਾ, ਅਤੇ ਇੱਕ ਇੱਕ ਤੋਂ ਇਹਨੂੰ ਕੱਟ ਲੈਣਾ ਜੀ। ਅੱਛਾ ਜੀ, ਜਿਹੜੇ ਜਿਹੜੇ ਪਰ ਨੂੰ ਇਹ ਲਾਏ ਨੇ ਨਾ ਕੱਟ, ਉੱਥੋਂ ਉੱਥੇ ਹੀ ਇਹਨੂੰ ਲਾਉਣੇ ਨੇ। ਇਹ ਵੇਖੋ, ਇਸ ਤਰ੍ਹਾਂ ਇਹਨੂੰ ਕੱਟ ਲੈਣਾ ਬਾਹਰ, ਠੀਕ ਹੈ? ਇਸੇ ਤਰ੍ਹਾਂ ਹੀ ਸਾਰੇ ਕੱਢ ਲੈਂਦੇ ਹਾਂ। ਇਹਨੂੰ ਹੁਣ ਬਾਲਟੀ ਦੇ ਉੱਤੇ ਰੱਖ ਲੈਣਾ, ਇਹ ਬਾਲਟੀ 'ਤੇ ਰੱਖ ਲੈਣਾ। ਇਹ ਵੇਖ ਲਓ ਕਿ ਇਸ ਤਰ੍ਹਾਂ ਦੇ ਸੁਰਾਖ ਕਰਨੇ ਨੇ, ਠੀਕ ਹੈ? ਇਹ ਹੁਣ ਪੈਪ ਜਿਹੜਾ ਨਾ ਕੱਟ ਲੈਣਾ, ਦੋ ਟੋਟੇ ਦੇ ਕਰ ਲੈਣੇ ਨੇ, ਯਾਨੀ ਕਿ ਐਡੇ ਐਡੇ ਕਰਾਂਗੇ ਟੋਟੇ। ਬਿਸਮਿਲਲਾ।
ऐसे तरह ही जरा एक टोटा होर एडा की कर लेना एनू असी जी दो पैप ला लेने एक इथे रख के ते एक इस साइड दे ठीक है ए वेखो कि अं लाने लगे हाँ चुल्हा गर्म करने सू एक चीज़ लभ गई है ए बोतल लभ गई ना बड़ा सौखा शराब हो जाए थोड़ी जी तत्या करके ना जी इस तरह रखने एनू फेर लेना पैप जो सा बन जूगा हो जाए शराब ऐसे तरह ही दूसरा कर लेना इस तरह जी लगने ने ऐ जी हम पैप इस तरह करके ना तेन के ला लेना सही सराख हो जाने ऐसे तो नहीं दूसरा ला लेना ठीक हो गया मैं वेख्या जी तीन पैप लग गए ने शक्ल बन गई इनू हूँ अं थोड़ी सिलीकोन ला लाँगे ताकि यह मोटर ये सही ज्वाइंट हो जाए यह करना चाहिए ये अं दिया घर इंज करके बिठा लेना ऐ चलाकी ठीक है हूँ ये दुआले ना सिलीकोन भर देने मोटर की मोटर जोड़ ली है क्योंकि पक्की हो जाएगी बिस्मिल्ला जी ए देखो डब्बी लाने उत्ते सू लभ गई है जी ना भी लाओ तो फिर भी कम चल जाता इतने तारा ला के लेकिन अं ये उत्ते डब्बी ला खड़ने होर मोटर हिफाजत रहेगी ये इस तरह करने सुराख कर लाँगे ठीक है ਇੱਥੇ ਸਾਈਡਾਂ ਦੇ ਆ ਲੱਗ ਕੱਢਣ ਵਾਸਤੇ ਵੀ ਕਰ ਲੈਂਦੇ ਹਾਂ ਵਾਹ ਭਾਈ ਵਾਹ ਠੀਕ ਹੈ ਨਹੀਂ ਇਹ ਮੋਟਰ ਦਾ ਬਣ ਗਿਆ ਕਵਰ ਹਾਂਜੀ ਇਹ ਇਹਦੇ ਉੱਤੇ ਲਾ ਗਈ ਸੀ ਠੀਕ ਹੋ ਗਿਆ ਇਹ ਮੋਟਰ ਦੇ ਉੱਤੇ ਲਾ ਛੜੀ ਆ ਬੰਦ ਕਰ ਛੜੀ ਜੇ ਤੂੰ ਮੋਟਰ ਠੀਕ ਹੈ ਹੁਣ ਅਸੀਂ ਲਾਉਂਦੇ ਇਹਨੂੰ ਭਾਰ ਇਹ ਜੀ ਹੁਣ ਇਹਨੂੰ ਇੱਥੇ ਲਾ ਲੈਂਦੇ पखा जी जुड़ गया जरा थोड़ी सट ला के जोड़िया जी थोड़ा पक्का हो जाए ठीक है वेखो इनू हूँ जी असी इस तरह बंद कर देना बर्फ में पानी है जी वो अच्छे ठहरोगे तो दसना कनैक्शन भी करके ऐ जी हूँ ला लिया तारा बिस्मिल्लाह रहमान रहीम तो फिर तुम अंदर जाके तो फिर चला के दसने ए दोस्तों वेख्या ना तुसीं ए बाल्टी है इहदे पखे दे पर्दे ए पखा साडा फिट होएगा और ये जनाब बिजली ते भी चल जांदा जी ते बैटरी ते भी चल जांदा जी ए जी हुण असीं बर्फ पा लैंदे इहदे विच ये बिजली ते भी चल सकदा है ते बैटरी ते भी चल सकदा दोस्तों असीं जी त्रै कोले बर्फ पाई है एक गिलास ए हुण असीं इहदा लाना ढक्कन ਜਿਹੜੀ ਕਿ ਪੱਖਾ ਉੱਤੇ ਫਿੱਟ ਇਹ ਇਹ ਹੋ ਗਿਆ ਪੱਖਾ ਫਿੱਟ ਇਹ ਬਾਲਟੀ ਤੁਹਾਨੂੰ ਪਤਾ ਬੰਦ ਹੋ ਜਾਂਦੀ ਹੈ ਬਿਹਤਰੀਨ ਪ੍ਰੈਸ ਹੋ ਜਾਂਦੀ ਹੈ ਇਹ ਜੀ ਸਾਡੇ ਕੋਲ ਹੈ ਚਾਰਜਰ ਇਹ ਤੁਹਾਨੂੰ ਆਮ ਦੁਕਾਨਾਂ ਤੋਂ ਮਿਲ ਸਕਦਾ ਹੈ ਮੋਬਾਈਲਾਂ ਵਾਲੇ ਕੋਲੋਂ ਜਾਂ ਇਲੈਕਟ੍ਰੀਸ਼ਨ ਕੋਲੋਂ ਇਹ ਚਾਰਜਰ ਅਕਸਰ ਮਿਲ ਜਾਂਦੇ ਨੇ 12 ਵੋਲਟ ਦਾ ਤੁਸੀਂ ਚਾਰਜਰ ਲੈਣਾ ਇਹਨੂੰ ਡਾਕਟਰ ਵੀ ਆਖਦੇ ਨੇ ਡਾਕਟਰ ਲੈ ਲਓ 12 ਵੋਲਟ ਦਾ ਜਾਂ ਚਾਰਜਰ ਕਹਿ ਲਓ ਠੀਕ ਹੈ ਇਹ ਲੈ ਕੇ ਅਤੇ ਫਿਰ ਤੁਸੀਂ ਇਹਨੂੰ ਜਨਾਬ ਇਹਦੇ ਵਿੱਚ ਲਾ ਲੈਣਾ ਇਹਨੂੰ ਲਾ ਲੈਣਾ ਅਤੇ ਇਹਨੂੰ ਚਲਾ ਲੈਣਾ ਠੀਕ ਹੈ ਇਹ ਜੇ ਤਾਰਾਂ ਜੀ ਜਿਹੜਾ ਘੁੱਟ ਕੇ ਲਾ ਲੈਣੀ ਜਿਹੜਾ 12 ਵੋਲਟ ਕਰੰਟ ਹੈ ਤੁਸੀਂ ਬੈਟਰੀ 'ਤੇ ਵੀ ਚਲਾ ਸਕਦੇ ਹੋ ਅਤੇ ਇਹ ਦੇਖੋ ਮੈਂ ਹੱਥ 'ਚ ਫੜਿਆ ਤਾਂ ਕੋਈ ਸ਼ਾਰਟ ਪੈਣ ਦਾ ਡਰ ਨਹੀਂ ਕੋਈ ਗੱਲ ਨਹੀਂ ਮਾਰਦੀ ਇਹ ਜੀ ਤਾਰ ਥੋੜ੍ਹੀ ਲੰਮੀ ਪਾ ਲਓ ਇਹ ਚੀਜ਼ ਹੈ ਬਿਹਤਰੀਨ ਵਾਹ ਏਸੀ ਵਾਲੀ ਜੁਗਾੜ ਦੇਖੋ ਕਿ ਤੁਹਾਨੂੰ ਪੱਖਾ
ਕੇਸੀ ਇਹ ਕੁੜਤਾ ਦਾ ਸਮਝੋਗੇ ਪਿਓ ਜੇ ਕੇਸੀ ਦਾ ਛੋਟਾ ਬੇਟਾ ਯਾਨੀ ਕਿ ਏਡੀ ਕੁ ਮਜ਼ੇ ਨਾਲ ਪੂਰਾ ਕਮਰਾ ਜੇ ਤੁਹਾਡਾ 10x10 ਦਾ ਕਮਰਾ ਹੈਗਾ ਇੱਕ ਠੰਡਾ ਕਰ ਦੇਗਾ ਅਸੀਂ ਉਹ ਖਾਣੇ ਆ ਪਿਆਰੇ ਦੋਸਤੋ ਚਾਵਲ ਅੱਲਾਹ ਤੁਹਾਨੂੰ ਸਦਾ ਖੁਸ਼ ਰੱਖੇ ਆਪਣੀ ਰਹਿਮਤ ਦੇ ਸਾਇਦ ਰੱਖੇ ਸਾਡੇ ਵਾਸਤੇ ਵੀ ਦੁਆ ਕਰਕੇ ਰਹਿਣਾ ਅਤੇ ਅਗਲੀ ਵੀਡੀਓ ਤੱਕ ਸਾਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼।